ਬਟਾਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਬਟਾਲਾ ਨਗਰ ਕੌਂਸਲ ਵੱਲੋਂ ਸਹੀ ਢੰਗ ਨਾਲ ਸਫਾਈ ਕਰਨ ਦੇ ਰੋਸ ਵਿੱਚ ਉਹ ਆਪ ਬਾਜ਼ਾਰ ਦਾ ਕੂੜਾ ਇਕੱਠਾ ਕਰਨਗੇ ਅਤੇ ਉਹਨਾਂ ਕੂੜਾ ਇਕੱਠਾ ਕਰਕੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਤੇ ਸੀਵਰੇਜ ਬੋਰਡ ਦੇ ਦਫ਼ਤਰ ਸਾਹਮਣੇ ਸੁੱਟ ਦਿੱਤਾ। ਪੁਲਿਸ ਦੁਆਰਾ ਸਰਕਾਰੀ ਦਫ਼ਤਰ ਦੇ ਬਾਹਰ ਨਾਕੇਬੰਦੀ ਕਰ ਦਿੱਤੀ ਗਈ। ਆਖਿਰ ਪ੍ਰਸ਼ਾਸਨ ਅਤੇ ਸ਼ਿਵ ਸੈਨਾ ਵਿੱਚ ਸਮਝੌਤਾ ਹੋਇਆ ਅਤੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਫਾਈ ਸਹੀ ਢੰਗ ਨਾਲ ਕਰਨਗੇ। ਅੱਜ ਜਿਹੜਾ ਪ੍ਰੋਟੈਸਟ ਕੀਤਾ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ, ਸ਼ਿਵ ਸੈਨਾ ਦੇ ਹਿੰਦੁਸਤਾਨ ਦੇ ਸਾਰੇ ਵਰਕਰਾਂ ਨੂੰ ਅਤੇ ਲੀਡਰ ਸਾਹਿਬਾਨ ਨੂੰ ਸਭ ਤੋਂ ਪਹਿਲਾਂ ਮੈਂ ਜਿਹੜਾ ਵਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਿਹੜਾ ਵਾ ਇਹ ਸਾਰਾ ਕੀਤਾ। ਅਸੀਂ ਪੂਰੇ ਸ਼ਹਿਰ ਦੇ ਅੰਦਰੋਂ ਕੂੜਾ ਜਿਹੜਾ ਵਾ ਉਹ ਇਕੱਠਾ ਕਰਕੇ ਜਿਹੜਾ ਵਾ SDO ਸੀਵਰੇਜ ਬੋਰਡ, EO ਕਮੇਟੀ ਘਰ ਨਗਰ ਕੌਂਸਲ ਦੇ ਜਿਹੜਾ ਸੁੱਟਣਾ ਸੀ ਉਹਦੇ ਵਾਸਤੇ ਅਸੀਂ ਜਾ ਰਹੇ ਸੀ, ਜਿਹੜਾ ਕਿ ਅਸੀਂ ਇਕੱਠਾ ਕਰਕੇ ਆਪਣੇ ਦਫ਼ਤਰ ਪਹੁੰਚੇ ਹਾਂ ਅਤੇ ਇਹ ਸਾਡੇ ਕੋਲ ਪ੍ਰਸ਼ਾਸਨ ਸਾਰਾ ਆਇਆ ਵਾ। ਇਹਨਾਂ ਨੇ ਆ ਕੇ ਸਾਨੂੰ ਰਿਕੁਐਸਟ ਕੀਤੀ ਹੈ ਕਿ ਜਿਹੜਾ ਇੱਕ ਵਾਰੀ ਤਕਰੀਬਨ ਜਿਹੜਾ ਸਾਨੂੰ ਮੌਕਾ ਦਿੱਤਾ ਜਾਏ, ਅਸੀਂ ਜਿਹੜੇ 10-15 ਦਿਨ ਦੇ ਅੰਦਰ ਅੰਦਰ ਜਿਹੜਾ ਸ਼ਹਿਰ ਦਾ ਸਾਰਾ ਸਿਸਟਮ ਜਿਹੜਾ ਅਸੀਂ ਠੀਕ ਕਰਾਂਗੇ। ਅਤੇ ਅਸੀਂ ਵੀ ਉਹਨਾਂ ਨੂੰ ਕਿਹਾ ਚਲੋ ਆਪਾਂ ਤਾਂ ਜਿਹੜੀ ਲੜਾਈ ਲੜੀ ਉਹ ਸ਼ਹਿਰ ਦੇ ਆਮ ਨਾਗਰਿਕ ਵਾਸਤੇ ਲੜੀ ਹੈ ਅਤੇ ਲੜੀ ਵੀ ਇਸੇ ਕਰਕੇ ਜਿਹੜਾ ਸ਼ਹਿਰ ਦੀ ਸਾਫ਼ ਸਫਾਈ ਹੋਏ। ਅਤੇ ਜੇ ਸਾਨੂੰ ਇਹਨਾਂ ਨੇ ਵਿਸ਼ਵਾਸਨ ਦਿੱਤਾ ਤਾਂ ਬਿਲਕੁਲ ਆਪਾਂ ਇਹਨਾਂ ਦੀ ਜਿਹੜੀ ਰਿਕੁਐਸਟ ਆ ਉਹ ਮੰਨ ਕੇ ਸਾਰੇ ਲੀਡਰ ਸਾਹਿਬਾਨਾਂ ਨੇ ਅਤੇ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ। ਜੇ 15 ਦਿਨ 'ਚ ਸਾਨੂੰ ਲੱਗੇਗਾ ਵੀ ਇਹਨਾਂ ਨੇ ਨਹੀਂ ਕੋਈ ਕਾਰਵਾਈ ਕੀਤੀ ਤਾਂ EO ਸਾਹਿਬ ਨੂੰ ਇੱਕ ਮੈਂ ਸਪਸ਼ਟ ਕਹਿਤਾ ਕਿ ਜਿੱਥੇ ਸਾਡਾ ਸਹਿਯੋਗ ਚਾਹੀਦਾ ਵਾ ਅਸੀਂ ਤੁਹਾਡੇ ਨਾਲ ਹਾਂ, ਜੇ ਅਸੀਂ ਤੁਹਾਡਾ ਸਹਿਯੋਗ ਨਹੀਂ ਕਰਾਂਗੇ ਤਾਂ ਇਹੋ ਕੂੜਾ ਸਾਡੇ ਅੰਦਰਾਂ 'ਚ ਸੁੱਟੋ ਅਤੇ ਜੇ ਤੁਸੀਂ ਨਹੀਂ ਕਰੋਗੇ ਤਾਂ ਇਹੋ ਹੀ ਫਿਰ ਮੈਂ ਤੁਹਾਡੇ ਅੰਦਰਾਂ 'ਤੇ ਸੁੱਟਾਂਗਾ ਅਤੇ ਅਗਲੀ ਵਾਰੀ ਮੇਰੇ ਕੋਲ ਮੇਰੇ ਦਫ਼ਤਰ 'ਚ ਨਹੀਂ ਆਉਣਾ ਕਿਸੇ ਨੇ ਵੀ ਮੈਨੂੰ ਮਨਾ। ਇੱਕ ਮਹੀਨੇ ਤੋਂ ਅਸੀਂ ਆਪਣੇ ਹੱਥ 'ਚ ਲਿਆ ਕੰਟਰੋਲ, ਪਹਿਲਾਂ ਏਜੰਸੀ ਕੋਲ ਸੀਗਾ, ਉਹਨੇ ਕਾਫੀ ਲੈਪਸਿਸ ਹੋਏ ਸੀਗੇ ਅਤੇ ਹੁਣ ਅਸੀਂ ਮਤਲਬ 70% ਏਰੀਆ ਜਿਹੜਾ ਉਹ ਮਤਲਬ ਸਕਸੈਸ ਹੋਇਆ ਸਾਡਾ। ਬਾਕੀ ਵੀ ਅਸੀਂ ਮਤਲਬ ਫਸਟ ਪ੍ਰਾਇਓਰਟੀ 'ਤੇ ਜਿਹੜੀ ਵੀ ਆਉਂਦੀ ਕੰਪਲੇਂਟ ਉਹ ਮਸਲਾ ਹੱਲ ਕਰਦੇ ਹਾਂ। ਬਾਕੀ ਪ੍ਰਧਾਨ ਜੀ ਹੋਰਾਂ ਨੇ ਜਿੱਦਾਂ ਵੀ ਕੋਈ ਹੋਰ ਸਮੱਸਿਆਵਾਂ ਧਿਆਨ 'ਚ ਲਿਆਉਂਦੀਆਂ ਨੇ ਅਤੇ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਪ੍ਰਾਇਓਰਟੀ 'ਤੇ ਮਸਲਾ ਹੱਲ ਹੋਏਗਾ ਜੀ। ਇਹ ਸਰ ਰੈਗੂਲਰ ਹੈਗਾ ਵੀ ਪ੍ਰੋਸੈਸ 'ਚ ਚੱਲੀ ਜਾਏਗਾ, ਇਹ 'ਚ ਰੂਟੀਨ ਆ। ਅਸੀਂ ਮੈਕਸੀਮਮ ਕੋਸ਼ਿਸ਼ ਕਰਾਂਗੇ ਐਟ ਦੀ ਅਰਲੀਐਸਟ ਰਿਲੀਜ਼ ਦਈਏ ਕਿਉਂਕਿ ਇਹ ਪ੍ਰਾਇਓਰਟੀ ਰਿਹਾ ਸਾਡੀ। ਇਹ ਸਰ ਕਾਫੀ ਅਰਾਊਂਡ 90s ਦੇ ਵਿੱਚ ਸੀਵਰੇਜ ਲੱਗਿਆ ਸੀਗਾ ਪਹਿਲਾਂ, ਹੁਣ ਜਿਹੜੀ ਲੇਟੈਸਟ ਗਵਰਨਮੈਂਟ ਵੱਲੋਂ ਅੰਮ੍ਰਿਤ ਸਕੀਮ ਹੈ ਆ ਰਹੀ ਹੈ ਜੀ ਸੀਵਰੇਜ ਦੀ, ਉਹਦੇ ਵਿੱਚ 100% ਜਿਹੜਾ ਬੈਲੈਂਸ ਏਰੀਆ ਪਲੱਸ ਜਿਹੜਾ ਏਰੀਆ ਹੋਰ ਵਿੱਚ ਟੈਪ ਹੋਇਆ ਉਹ ਸਕੀਮ ਮੇਰੀ ਬਣ ਰਹੀ ਹੈ ਜੀ, ਡਿਜ਼ਾਈਨ ਸਟੇਜ 'ਤੇ ਆ। ਉਹ ਜਲਦੀ ਮਤਲਬ ਵਿਦਿਨ ਆਉਣ ਵਾਲੇ ਸਮੇਂ ਦੇ ਵਿੱਚ 6-7 ਮਹੀਨਿਆਂ ਦੇ ਵਿੱਚ ਵੀ ਟੈਂਡਰਿੰਗ ਪ੍ਰੋਸੈਸ 'ਚ ਆ, ਮਤਲਬ ਹਾਲੇ ਡਿਜ਼ਾਈਨ ਸਟੇਜ 'ਤੇ, ਫਿਰ ਟੈਂਡਰਿੰਗ ਫਿਰ ਕੰਮ ਸ਼ੁਰੂ ਹੋਣ ਦੇ ਪੂਰੇ ਸਾਰ ਆ ਜੀ। ਉਹ ਜਦੋਂ ਉਹ ਸਕੀਮ ਆ ਜਾਂਦੀ ਫਿਰ 100% ਜਿਹੜੀ ਆ ਸੀਵਰੇਜ ਦੀ ਸਮੱਸਿਆ ਇਹਦੀ ਹੱਲ ਹੋ ਜਾਏਗੀ ਸ਼ਹਿਰ ਦੀ। ਪ੍ਰਧਾਨ ਜਿਹੜੀ ਸ਼ਿਵ ਸੈਨਾ ਦੇ ਕਾਕਾ ਵਾਲੀ ਹੈ ਜੀ, ਜਿਹੜਾ ਪ੍ਰੋਟੈਸਟ ਕਰ ਰਹੇ ਸੀ ਉਹ ਬਿਲਕੁਲ ਜਾਇਜ਼ ਸੀਗਾ ਅਤੇ ਲਿਫਟਿੰਗ ਦਾ ਜਿਹੜਾ ਵਾ ਉਹ ਪਿਛਲੇ ਸਮੇਂ 'ਤੇ ਕਾਫੀ ਮਾੜਾ ਰਿਹਾ ਵਾ। ਸਵੱਛ ਸਰਵੇਖਣ 'ਚ ਵੀ ਜਿਹੜਾ ਇਹਨੂੰ ਡਰਟੀਐਸਟ ਸ਼ਹਿਰ ਐਲਾਨਿਆ ਗਿਆ ਵਾ। ਹੁਣ ਆਪਾਂ ਇਸ ਇੱਥੇ ਬਹਿ ਕੇ ਇਹੋ ਚੀਜ਼ ਹੋਈ ਆ ਕਿ ਹੁਣ ਸਾਨੂੰ 5-ਮੈਂਬਰੀ ਕਮੇਟੀ ਆਪਣੇ ਪੱਧਰ 'ਤੇ ਵੀ ਦੇਣਗੇ ਅਤੇ ਅਸੀਂ ਨਗਰ ਕੌਂਸਲ ਵੱਲੋਂ ਵੀ ਇੱਕ ਟੀਮ ਬਣਾ ਕੇ ਸਾਂਝੇ ਤੌਰ 'ਤੇ ਜਿਹੜਾ ਵਾ ਲਿਫਟਿੰਗ ਦਾ ਹੋਰ ਵੀ ਕਈ ਇਸ਼ੂਜ਼ ਨੇ, ਜਿਸ ਤਰ੍ਹਾਂ ਜਿਹੜੇ ਲੋਕ ਸੀਵਰੇਜ ਦੇ ਵਿੱਚ ਆਪਣਾ ਗੰਦ ਪਾਈ ਜਾ ਰਹੇ ਆ ਜਾਂ ਜਿਹੜਾ ਡੰਗ ਜਾ ਰਿਹਾ ਵਾ, ਕਊ ਡੰਗ ਜਾ ਰਿਹਾ ਵਾ, ਗੋਹਾ ਜਾ ਰਿਹਾ, ਉਹਦੇ ਵੀ ਚਲਾਨ ਜਿਹੜੇ ਆਪਾਂ ਹੁਣ ਕੱਟਣੇ ਸ਼ੁਰੂ ਕਰਨ ਲੱਗੇ ਹਾਂ। ਤਾਂ ਔਰ ਮੈਨੂੰ ਆਸ ਆ ਕਿ ਅਸੀਂ ਇਹ ਵੀ ਵਿਸ਼ਵਾਸ ਦਵਾਇਆ ਕਿ ਅਗਲੇ 15 ਦਿਨਾਂ ਦੇ ਵਿੱਚ ਸਫਾਈ ਦੀ ਵਿਵਸਥਾ ਜਿਹੜੀ ਆ ਬਹੁਤ ਵਧੀਆ ਤਰੀਕੇ ਨਾਲ ਕੀਤੀ। ਬਿਲਕੁਲ ਜੀ, ਉਹ ਆਲਰੇਡੀ ਹਾਂਜੀ ਮੈਂ ਪਹਿਲਾਂ ਵੀ ਮਨਾਦੀ ਕਰਾਈ ਆ ਇਸ ਸੰਬੰਧੀ ਵੀ ਜਿਹੜਾ ਪਾਣੀ ਦੀ ਵੇਸਟੇਜ ਆ ਉਹ ਨਾ ਕੀਤੀ ਜਾਵੇ।